ਤਰੀਕ ਨੂੰ ਐਸ ਡੀ ਐਮ ਸਾਹਿਬ ਦੀ ਜਨਮ ਸੁਣਵਾਈ ਸੀ ਰਾਤ ਨੂੰ ਰਾਤਰੀ 'ਚ ਪਾਲਸੀ, ਉਹਦੇ ਵਿੱਚ ਅਸੀਂ ਐਸ ਡੀ ਐਮ ਸਾਹਿਬ ਨੂੰ ਇਹ ਮੰਗ ਰੱਖੀ ਕਿ ਇਹਦੀ ਨਾਲੇ ਦੀ ਸਫਾਈ ਹੋਣੀ ਚਾਹੀਦੀ। 2.5 ਸਾਲ ਤੋਂ ਇਸ ਨਾਲੇ ਦੀ ਅੱਜ ਤੱਕ ਸਫਾਈ ਨਹੀਂ ਹੋਈ, ਗੰਦ ਮੱਚਿਆ, ਸਾਹਮਣੇ ਹੋਸਪਿਟਲ ਹੈ। ਅੱਜ ਕੱਲ੍ਹ ਸਰਕਾਰ ਪ੍ਰਚਾਰ ਹੀ ਕਰਦੀ ਹੈ ਵੀ ਸਫਾਈ ਕੀਤੀ, ਸਫਾਈ ਅਭਿਆਨ ਚੱਲ ਰਿਹਾ ਵੀ ਮੋਦੀ ਜੀ ਕਹਿ ਰਿਹਾ ਵੀ ਸਵੱਛਤਾ ਇੱਕ ਹੈ, ਸਵੱਛਤਾ ਕਭੀ ਰਹੇਗੀ ਜਬ ਨਾਲੇ ਕੀ ਸਫਾਈ ਹੋਊਗੀ। ਗਾਮ ਮੇਂ ਗੰਦਗੀ ਫੈਲ ਰਹੀ ਹੈ, ਬਿਮਾਰੀਆਂ ਅਧਿਕ ਫੈਲ ਰਹੀ ਹੈ, ਇਸ ਦਾ ਸਮਾਧਾਨ ਕਰਵਾਇਆ ਜਾਵੇ। ਜ਼ਿਆਦਾ ਤੋਂ ਜ਼ਿਆਦਾ ਸਫਾਈ ਕਰਕੇ ਸੁਚਾਰੂ ਰੂਪ ਸੇ ਬਜਟ ਉਠਾਇਆ ਜਾਤਾ ਹੈ, ਸਫਾਈ ਇਸਕੀ ਹੋਤੀ ਨਹੀਂ ਹੈ। ਸਹੀ, ਇਸਕਾ ਬੈੱਡ ਵੀ